ਤੂੰ ਕਾਲਜ ਨਹੀਂ ਜਾ ਰਿਹਾ ਜੇ ਉਹ ਭਾਈ ਜਾਨ ਕੌਣ ਕਹਿ ਰਿਹਾ ਮੈਂ ਨਹੀਂ ਕਾਲਜ ਜਾ ਰਿਹਾ ਮੈਂ ਤੇ ਰੋਜ਼ਾਨਾ ਜਾਂਦਾ ਵਾਂ ਕਾਲਜ ਉਹ ਤੇਰੇ ਪ੍ਰਿੰਸੀਪਲ ਦੀ ਸ਼ਿਕਾਇਤਾਂ ਆ ਰਹੀ ਆ ਉਹ ਭਾਈ ਜਾਨ ਮੈਂ ਰੋਜ਼ਾਨਾ ਜਾਂਦਾ ਵਾਂ ਯਾਰ ਤੂੰ ਨਹੀਂ ਜਾਣਾ ਵੇ ਉਸਮਾਨ ਤੂੰ ਯਾਰ ਇਹਨੂੰ ਸਮਝਾ ਯਾਰ ਦੇਖੋ ਜ਼ਮੀਨ ਸਾਹਿਬ ਨਹੀਮ ਸਾਹਿਬ ਠੀਕ ਆ ਰਹੇ ਮੈਨੂੰ ਸਾਡੇ ਬਾਈ ਤੁਸੀਂ ਸਾਡੇ ਦੋਸਤ ਵੀ ਹੋ ਯਾਰ ਵੀ ਹੋ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਤਾਲਕ ਖਰਾਬ ਹੋਣ ਅਤੇ ਤੁਸੀਂ ਆਪਣਾ ਕਾਲਜ ਜਾਂ ਵਕਤ ਦਿੱਤਾ ਕਰੋ ਔਰ ਆਪਣੇ ਨਾਲ ਫਜ਼ੂਲ ਦੋਸਤਾਂ ਨਾਲ ਵਕਤ ਬਰਬਾਦ ਨਾ ਕਰੋ ਔਰ ਅੱਜ ਕੁਝ ਕੰਮ ਕਰ ਸੋ ਅਤੇ ਪੜ੍ਹਾਈ ਕਰ ਸੋ ਅਤੇ ਕੱਲ੍ਹ ਤੁਸੀਂ ਕਿਸੇ ਅੱਛੀ ਪੋਸਟ 'ਤੇ ਕੰਮ ਕਰਨੇ ਵੇ ਉਸ ਉਸਮਾਨ ਬਾਈ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਅਤੇ ਮੈਂ ਰੋਜ਼ਾਨਾ ਕਾਲਜ ਜਾਂਦਾ ਵਾਂ ਦੂਸਰੀ ਗੱਲ ਇਹ ਵੇ ਕਿ ਤੁਸੀਂ ਇਹਨਾਂ ਬੇਫਜ਼ੂਲ ਨਾ ਕਵਾ ਕਰੋ ਇਹ ਮੇਰੇ ਦੋਸਤ ਨੇ ਉਸਮਾਨ ਬਾਈ ਅਸੀਂ ਲੋਫਰ ਨਹੀਂ ਹਾਂ ਠੀਕ ਹੈ ਅਤੇ ਅਸੀਂ ਰੋਜ਼ ਕਾਲਜ ਜਾਂਦੇ ਅਤੇ ਬਾਈ ਹੋਰੀ ਵੀ ਜਾਂਦੇ ਨੇ ਕਾਲਜ ਅਸੀਂ ਖਾਨਦਾਨੀ ਬੰਦੇ ਹਾਂ ਅਸੀਂ ਪੜ੍ਹਨੇ ਜਾਂਦੇ ਹਾਂ ਅਸੀਂ ਲੋਫਰ ਨਹੀਂ ਹਾਂ ਇਹ ਗੱਲ ਤਾਂ ਠੀਕ ਹੈ ਬਹਰਹਾਲ ਨਈਮ ਸਾਹਿਬ ਜਿਸ ਤਰ੍ਹਾਂ ਗੱਲ ਕਰਨੇ ਵੇ ਤੁਸੀਂ ਕਾਲਜ ਨਹੀਂ ਜਾਂਦੇ ਹੋ ਤਾਂ ਵਕਤ ਜ਼ਿਆ ਨਾ ਕਰੋ ਇਹਨਾਂ ਆਪਣੇ ਦੋਸਤਾਂ ਨਾਲ ਅਤੇ ਇਹਨਾਂ ਵੀ ਨਾਲ ਪੜ੍ਹਾਈ ਦੀ ਤਰਫ ਰਾਹ ਲਾਓ ਖੁਦ ਵੀ ਪੜ੍ਹੋ ਤਾਂ ਕਿ ਅੱਗੇ ਮੁਸਤਕਬਲ 'ਚ ਕੁਝ ਤੁਸੀਂ ਅੱਛੇ ਪੋਸਟ 'ਤੇ ਕੰਮ ਕਰਨੇ ਪਿਓਗੋ ਠੀਕ ਹੈ ਹੁਣ ਅਸੀਂ ਭਾਈਜਾਨ ਜਾ ਰਹੇ ਹਾਂ ਠੀਕ ਹੈ ਅਤੇ ਇਨਸ਼ਾਅੱਲਾ ਫਿਰ ਵਾਪਸੀ 'ਤੇ ਆਉਂਦੇ ਠੀਕ ਹੈ ਆਪਣੇ ਕਾਲਜ ਦਾ ਟਾਈਮ ਮਿਹਰਬਾਨੀ ਬਹੁਤ ਸ਼ੁਕਰੀਆ ਉਸਮਾਨ ਸਾਹਿਬ ਗੱਲ ਤੂੰ ਮਾਈਂਡ ਨਹੀਂ ਕਰਿਓ ਬੜੀ ਅੱਛੀ ਬਾਈ ਨਾਲ ਗੱਲ ਕੀਤੀ ਹੈ ਆਪਣੇ ਕਾਲਜ ਦਾ ਵਕਤ ਦਿਓ ਤਾਂ ਕਿ ਤੁਸੀਂ ਮੁਸਤਕਬਲ 'ਚ ਕੁਝ ਬਣੋ ਅਸੀਂ ਦੁਆਵਾਂ ਤੁਸਾਂ ਨਾਲ ਇਨਸ਼ਾਅੱਲਾ ਸਰ ਅਸੀਂ ਵੇਖੋ ਤੇ ਅਸੀਂ ਪੜਸਾਂ ਵੀ ਤੇ ਆਪਣੇ ਪਾਕਿਸਤਾਨ ਵਾਸਤੇ ਕੁਝ ਬਣ ਕੇ ਵੀ ਵੇਖੋ ਬਹੁਤ ਅੱਛੀ ਗੱਲ ਚਲੋ ਬਹੁਤ ਅੱਛੀ ਗੱਲ ਬਹੁਤ ਠੀਕ ਜੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਕਿੱਧਰ ਜਾ ਰਹੇ ਹੋ ਜਨਾਬ ਉਹ ਜੀ ਕਾਲਜ ਜਾ ਰਹੇ ਮੁਗਲ ਸਾਹਿਬ ਉਹ ਮਨ ਪਤਾ ਹੈ ਜਿਹੜੇ ਤੁਸੀਂ ਕਾਲਜ ਜਾਂਦੇ ਹੋ ਉਹ ਕੀ ਕਹਿੰਦੇ ਪਏ ਹੋ ਮੁਗਲ ਸਾਹਿਬ ਅਸੀਂ ਰੋਜ਼ਾਨਾ ਕਾਲਜ ਜਾਂਦੇ ਹਾਂ ਤੁਸੀਂ ਕਾਲਜ ਪੜ੍ਹਨ ਵਾਸਤੇ ਨਹੀਂ ਜਾਂਦੇ ਕਿੱਥੇ ਜਾਂਦੇ ਹੋ ਜਨਾਬ ਨੌਕਰੀਆਂ ਕਰਨ ਜਾਂਦੇ ਹੋ ਜੀ ਮੁਗਲ ਸਾਹਿਬ ਤੁਸੀਂ ਵੀ ਮੈਨੂੰ ਪਤਾ ਹੈ ਨਾ ਸਾਡੇ ਵਾਲਾ ਮੇਲ ਹੋ ਹੈ ਜੀ ਤਾਂ ਉਹ ਮੈਂ ਗਾਣਾ ਰੱਟ ਲਿੱਤਾ ਅਤੇ ਇਨਸ਼ਾਅੱਲਾ ਉਸਨੀ ਰਿਹਰਸਲ ਕਰਸਾਂ ਅਤੇ ਜਦੋਂ ਅਸੀਂ ਪਰਫੋਰਮ ਕਰਸਾਂ ਨਾ ਮਜ਼ਾ ਆਵੇ ਸੀ ਮੁਗਲ ਸਾਹਿਬ ਸਾਡਾ ਸਾਥ ਦੇਣਾ ਜੇ ਤੁਸੀਂ ਵੀ ਕੋਈ ਰਿਹਰਸਲ ਕੀਤੀ ਕਿ ਕੋਈ ਨਹੀਂ ਹਾਂ ਜੀ ਕਰ ਰਹੇ ਹਾਂ ਜ਼ਾਮਨ ਸਾਹਿਬ ਨਾਲ ਕਰ ਰਹੇ ਹਾਂ ਰਿਹਰਸਲ ਕਰਨੇ ਪਿਆ ਉਹ ਵਸੀਮ ਸਾਹਿਬ ਤੁਸੀਂ ਵੀ ਕੋਈ ਤਿਆਰੀ ਕੀਤੀ ਕਿ ਕੋਈ ਨਹੀਂ ਮੁਗਲ ਸਾਹਿਬ ਅਸਾਂ ਤਿਆਰੀ ਕਰ ਲਈ ਹੈ ਚਲੋ ਜੀ ਮੁਗਲ ਸਾਹਿਬ ਅੱਛਾ ਮੁਗਲ ਸਾਹਿਬ ਪਤਾ ਨਹੀਂ ਕਿ ਅੱਜ ਜਾਸਾ ਨਾ ਕਲੱਬ ਅਤੇ ਬੜਾ ਮਜ਼ਾ ਸੀ ਅੱਜ ਨਾ ਮੈਂ ਇਹ ਕਰ ਚਲੋ ਅਸੀਂ ਵੀ ਚੱਲ ਜਾਂਦੇ ਹਾਂ ਅਸੀਂ ਵੀ ਕੁਝ ਥੋੜਾ ਜਿਹਾ ਡਾਂਸ ਕਰ ਲੈਂਦੇ ਹਾਂ ਕਿਤਾਬਾਂ ਕਿੱਥੇ ਰੱਖ ਦੋ ਕਿਤਾਬਾਂ ਉਹ ਕਿਤਾਬਾਂ ਰੱਖਾਂ ਚਾਚੇ ਨੇ ਖੋਖੇ ਦੇ ਬਹੁਤ ਤੇਰੀ ਅੱਜ ਤਾਂ ਬੜਾ ਮਜ਼ਾ ਆਤੀ ਚਲੋ ਜੀ ਮੁਗਲ ਸਾਹਿਬ ਪਾਈ ਹੋਰਾਂ ਕੀ ਪਤਾ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਤੇ ਖੁਸ਼ ਹੋ ਰਹੇ ਹੋ ਉਹ ਭਾਈ ਜਾਨ ਮੈਂ ਪਾਸ ਹੋ ਗਿਆ ਵਾਂ ਅੱਛਾ ਭਾਈ ਕਿਸ ਨਾ ਵਾਂ ਉਹ ਭਾਈ ਤੇ ਮੇਰੇ ਹੀ ਹੈ ਇਹਨਾਂ ਨੇ ਅੱਛੇ ਨੰਬਰ ਲਿੱਤੇ ਨੇ ਪਤਾ ਹੈ ਮੈਨੂੰ ਉਹ ਨੰਬਰਾਂ ਤੋਂ ਵੀ ਅੱਛੇ ਨੰਬਰ ਲਿੱਤੇ ਨੇ ਜਨਾਬ ਅੱਛਾ ਜੀ ਆਖਿਰ ਦੋਸਤ ਕਿਸ ਨਾ ਵੇ ਪਤਾ ਹੈ ਮੈਨੂੰ ਤੁਹਾਡਾ ਹੀ ਦੋਸਤ ਹੈ ਅੱਛਾ ਭਾਈ ਜਾਨ ਹੁਣ ਤੇ ਮਿਠਾਈ ਬਣਨੀ ਨਾ ਜ਼ਾਮਨ ਪਾਸ ਹੋ ਗਿਆ ਯਾਰ ਕੋਈ ਮਸਲਾ ਨਹੀਂ ਤੁਸੀਂ ਲੈ ਆਓ ਮਿਠਾਈ ਇਹ ਅੱਛਾ ਜੀ ਉਹ ਜੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਸਲਾਮ ਜਨਾਬ ਜੀ ਆਓ ਜੀ ਉਸਮਾਨ ਸਾਹਿਬ ਇਧਰ ਬੈਠੋ ਓ ਆਓ 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 ਬਿਸਮਿਲ੍ਲਾ ਅੱਜੀ ਮੈਂ ਪਾਸ ਹੋ ਗਏ ਨੇ ਨਾ ਬਹੁਤ ਸ਼ੁਕਰੀਆ ਜੀ ਕਿਸੀਆਂ ਐਡੀਆਂ ਖੁਸ਼ੀਆਂ ਹੋ ਰਹੀਆਂ ਨੇ ਔਰ ਮਿਠਾਈਆਂ ਵੰਡ ਰਹੀਆਂ ਮੇਰਾ ਭਾਈ ਪਾਸ ਹੋਇਆ ਯਾਰ ਹੈ ਇਹ ਪਾਸ ਹੋ ਗਿਆ ਬੈਠ ਜਾ ਬੈਠ ਜਾ ਜੀ ਇਹ ਤੇ ਫੇਲ ਹੋ ਗਿਆ ਏ ਉਹ ਇਹ ਕੀ ਕਹਿੰਦੇ ਪਿਆ ਉਹ ਫੇਲ ਹੋਇਆ ਜੀ ਮੈਂ ਸੱਚ ਆਹਨਾ ਇਹ ਫੇਲ ਹੋ ਗਿਆ ਏ ਇਸ ਦੇ ਦੋਸਤ ਵੀ ਇਹਨਾਂ ਨਾਲ ਫਿਰਨਾ ਰਹੇ ਤੇ ਇਹ ਫੇਲ ਹੋ ਗਿਆ ਮੈਂ ਇਸ ਦਾ ਰਿਜ਼ਲਟ ਦੇ ਕੇ ਪਾਸ ਹੋਇਆ ਨਹੀਂ ਸਰ ਜੀ ਇਹ ਫੇਲ ਹੋ ਗਿਆ ਇਹਨਾਂ ਨੂੰ ਪਹਿਲੇ ਬੜਾ ਸਮਝਾਇਆ ਸੀ ਲੇਕਿਨ ਇਹ ਨਹੀਂ ਸਮਝੇ ਤੇ ਤੁਸਾਂ ਵੀ ਬੜਾ ਸਮਝਾਇਆ ਮੈਂ ਵੀ ਬੜਾ ਸਮਝਾਇਆ ਕੋਈ ਨਸੀਹਤਾਂ ਇਹਨਾਂ ਤੇ ਕੰਮ ਨਹੀਂ ਆਈਆਂ ਅੱਜ ਦੇਖੋ ਅੱਜ ਇਹ ਫੇਲ ਹੋ ਗਏ ਨੇ ਕੀ ਫਾਇਦਾ ਹੋਇਆ ਇਹਨਾਂ ਦੀ ਪੜ੍ਹਾਈਆਂ ਤੇ ਖਰਚੇ ਕਰਨੇ ਦਾ ਹੁਣ ਇਹਨੂੰ ਮਜ਼ਦੂਰੀਆਂ ਕਰਨੀਆਂ ਪੈਸੇ ਜ਼ਾਹਿਰੀ ਗੱਲ ਹੈ ਭਾਈ ਜਾਨ ਮੈਂ ਦੁਬਾਰਾ ਕੋਸ਼ਿਸ਼ ਕਰਨਾ ਵਾਂ
ਮੈਂ ਕਾਲਜ ਜਾਣਾ ਵਾਂ। ਤੂੰ ਛੋੜ ਯਾਰ ਕਾਲਜ ਜਾਣੇ ਨੂੰ, ਤੂੰ ਹੁਣ ਪੜ੍ਹਾਈ ਨੂੰ ਰਹਿਣ ਦੇ, ਤੂੰ ਹੁਣ ਆਪਣਾ ਕੰਮ ਕਰ ਦੇ। ਕਿਹੜਾ ਕੰਮ ਭਾਈਜਾਨ, ਮੱਝਾਂ ਮੈਂ ਸੰਭਾਲਾਂਗਾ। ਹੋਰ ਕੌਣ ਸੰਭਾਲੇਗਾ ਹੁਣ ਭਾਈਜਾਨ, ਤੁਸੀਂ ਐਵ ਉਹਨਾਂ ਨੌਕਰ ਚਾਕਰ ਹੈ ਨਾ। ਨਹੀਂ ਹੁਣ ਤੂੰ ਜੇ ਨਹੀਂ ਪੜ੍ਹਾਈ ਵੀ ਨਹੀਂ ਕਰਿਆ, ਅਗਰ ਤੂੰ ਅੱਜ ਪੜ੍ਹਾਈ ਕਰੇ ਆ ਤੇ ਤੂੰ ਅੱਛੇ ਜੇ ਨਹੀਂ ਕਿਸੇ ਪੋਸਟ ਤੇ ਹੋਵੇਂ ਆ, ਕਿਸੇ ਨੌਕਰੀ ਅੱਛੀ ਤੇ ਹੋਵੇਂ ਆ। ਯਾਨੀ ਕਿ ਗੋਬਰ ਵੀ ਮਾਂ ਚੁੱਕਣਾ ਪੈਸੀ? ਜੀ ਗੋਬਰ ਵੀ ਚੁੱਕਣਾ ਪੈਸੀ। ਅੱਛਾ, ਸਬਜ਼ੀਆਂ ਵੀ ਲਾਉਣੀਆਂ ਪੈਸਨ? ਅੱਛਾ ਅੱਛਾ, ਇਹ ਸਾਰੇ ਕੰਮ ਤੈਨੂੰ ਕਰਨੇ ਪੈਸਨ। ਠੀਕ, ਤੂੰ ਹੁਣ ਤਿਆਰੀ ਕਰ ਲੈ। ਠੀਕ ਹੈ ਭਾਈ, ਚੱਲਣਾ ਮੰਮੀ। ਆਓ ਯਾਰ।